ਮਿਆਜ਼ਾ ਇੱਕ ਨੌਜਵਾਨ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ। ਇਹ ਨੌਜਵਾਨ ਜਦੋਂ ਰਿਸ਼ਤੇ ਦੇ ਵਿੱਚ ਲੱਗਦੀ ਆਪਣੀ ਭੈਣ ਨੂੰ ਮਿਲਣ ਗਿਆ ਤਾਂ ਉਸਨੇ ਆਪਣੇ ਘਰਵਾਲੇ ਦੇ ਨਾਲ ਮਿਲ ਕੇ ਆਪਣੇ ਹੀ ਮਾਮੇ ਦੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਇਹ ਨੌਜਵਾਨ ਜਦੋਂ ਆਪਣੀ ਭੈਣ ਦੇ ਕੋਲ ਪਹੁੰਚਿਆ ਤਾਂ ਭੈਣ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਪਹਿਲਾਂ ਤਾਂ ਇਸ ਦੇ ਸਿਰ 'ਤੇ ਵਾਰ ਕੀਤੇ, ਮੁੰਡੇ ਨੂੰ ਲਹੂ ਲੁਹਾਨ ਕਰਤਾ ਅਤੇ ਮੁੜ ਕੇ ਰੱਸੀ ਦੇ ਨਾਲ ਗਲ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਵਾਪਰੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਮਲਕੇ ਦੇ ਵਿੱਚ, ਜਿੱਥੇ ਪਤੀ ਪਤਨੀ ਦੇ ਵੱਲੋਂ ਆਪਣੇ ਹੀ ਮਾਮੇ ਦੇ ਮੁੰਡੇ ਨੂੰ ਖਤਰਨਾਕ ਮੌਤ ਦਿੱਤੀ ਗਈ। ਮ੍ਰਿਤਕ ਦੇ ਰਿਸ਼ਤੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ 3-4 ਦਿਨ ਪਹਿਲਾਂ ਹੀ ਪਰਿਵਾਰ ਦਾ ਕੋਈ ਵਿਵਾਦ ਹੋਇਆ ਸੀ ਅਤੇ ਇਹਨਾਂ ਦਾ ਆਪਸ ਵਿੱਚ ਸਮਝੌਤਾ ਵੀ ਹੋ ਗਿਆ ਸੀ। ਮ੍ਰਿਤਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਾਤਲਾ ਨੇ ਹੀ ਨੌਜਵਾਨ ਨੂੰ ਆਪਣੇ ਘਰ ਸੱਦਿਆ ਸੀ। ਕਾਤਲਾ ਨੇ ਨੌਜਵਾਨ ਦੇ ਸਿਰ ਤੇ ਘੋਟਣਾ ਰੋਡ ਮਾਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਬਾਅਦ ਵਿੱਚ ਰੱਸੀ ਦੇ ਨਾਲ ਉਸਦਾ ਗਲ ਘੋਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇੰਨਾ ਹੀ ਨਹੀਂ, ਦੋਹਾਂ ਪਤੀ ਪਤਨੀ ਨੇ ਥਾਣੇ ਦੇ ਵਿੱਚ ਜਾ ਕੇ ਸਰੈਂਡਰ ਵੀ ਕਰ ਦਿੱਤਾ। ਫਿਲਹਾਲ ਇਸ ਪੂਰੇ ਮਾਮਲੇ ਵਿੱਚ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਕੀ ਕੁਝ ਕਹਿਣਾ ਹੈ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਤੁਹਾਨੂੰ ਸੁਣਾ ਦਿੰਦੇ ਹਾਂ। ਅਸੀਂ ਤੜਕੇ ਸਵੇਰ 8 ਵਜੇ ਮੰਡੀ ਚਲੇ ਜਾਂਦੇ ਹਾਂ ਅਤੇ ਮੰਡੀ 'ਚੋਂ ਜਾਣ ਤੋਂ ਬਾਅਦ ਮੇਰੀ ਬੇਟੀ ਹੁੰਦੀ, ਉਹਦੇ ਢੂਈ ਸੱਟ ਲੱਗੀ ਆ, ਉਹ ਇੱਥੇ ਲੌਕ ਲਾ ਕੇ ਉਹਨੂੰ ਪੈ ਜਾਂਦੀ ਆ ਅਤੇ ਰੀਨਾ ਕੌਰ ਆਈ ਆ, ਉਹਨੇ ਗੇਟ ਖੜਵਾਇਆ ਖੜਕਾ ਕੇ ਅਤੇ ਕਹਿੰਦੀ ਕੌਣ ਆ, ਕਹਿੰਦੀ ਮੈਂ ਰੀਨਾ ਹੈ ਜੀ। ਉਹਨੇ ਗੇਟ ਖੋਲਤਾ, ਇਹ ਬੰਦੇ ਨੇ ਅੰਦਰ ਮੋਟਰਸਾਈਕਲ ਵਾੜਤਾ, ਮਗਰੇ ਰੀਨਾ ਕੌਰ ਵੜਿਆ ਗਿਆ, ਕਹਿੰਦੀ ਪੁੱਤ ਤੂੰ ਉੱਧਰ ਜਾ ਵੜਾ ਅਤੇ ਅਸੀਂ ਕੋਈ ਗੱਲ ਕਰਨੀ ਆ। ਉਸ ਤੋਂ ਬਾਅਦ ਕੁੜੀ ਇਹਨਾਂ ਦੇ ਘਰ ਜਾ ਵੜੀ ਆ, ਪਾਸੇ ਬਾਹਰ ਕੱਢਤੀ ਆ ਅਤੇ ਮਗਰੇ ਜਸਵਿੰਦਰ ਸਿੰਘ ਆ ਗਿਆ, ਉਹਨਾਂ ਦੋਨੇ ਰਲ ਮਿਲ ਕੇ ਇਹਨੂੰ ਇੱਥੇ ਮਾਰਿਆ ਅਤੇ ਸਾਨੂੰ ਕੋਈ ਪਤਾ ਨਹੀਂ, ਪਰਿਵਾਰ ਨੂੰ ਕਿਸੇ ਨੂੰ, ਗੁੜੀਆਂ ਨੂੰ ਨਹੀਂ ਮੇਰੇ ਪਤਾ। ਆਪ ਚਾਬੀ ਇਹਨੂੰ ਲੌਕ ਲਾ ਕੇ ਬਾਰੀ ਨੂੰ ਅਤੇ ਥਾਣੇ ਜਾ ਵੜੇ, ਥਾਣੇ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਮਾਰ ਕੇ ਆਏ ਹਾਂ, ਵੀ ਬੱਬੀ ਦਾ ਕਸੂਰ ਨਹੀਂ ਆ, ਨਾ ਬਲਜਿੰਦਰ ਦਾ ਕਸੂਰ ਆ, ਜਿਹਦਾ ਮਕਾਨ ਆ ਵੀ ਅਸੀਂ ਮਾਰਿਆ ਜੀ, ਅਤੇ ਮਤਲਬ ਇੱਥੋਂ ਚਲੇ ਗਏ ਉਹ। ਤੁਹਾਡੀ ਬੇਟੀ ਕਿੱਡੀ ਗਏ? ਬੇਟੀ ਮੇਰੀ ਹੈਗੀ ਹੈ ਜੀ 17 ਸਾਲ ਦੀ ਆ। ਅਤੇ ਜਸਵਿੰਦਰ ਅਤੇ ਰੀਨਾ ਤੁਹਾਡੇ ਘਰੇ ਆਉਂਦੇ ਜਾਂਦੇ ਸੀਗੇ? ਹਾਂਜੀ, ਇਹ ਉਹਦੇ ਭਰਾ ਦਾ ਮਕਾਨ ਆ ਜਿੱਥੇ ਮੇਰਾ ਇੱਕ ਰਹਿਣਾ ਜੀ, ਪਹਿਲਾਂ ਵੀ ਆਉਂਦੇ ਜਾਂਦੇ ਆ। ਅੱਛਾ, ਹਾਂਜੀ। ਅਤੇ ਬੇਟੀ ਨੂੰ ਕਿੱਥੇ ਭੇਜਤਾ ਜੀ ਤੁਹਾਡੀ? ਬੇਟੀ ਨੂੰ ਬਾਹਰ ਕਰਤਾ ਜੀ, ਕਹਿੰਦੇ ਗੱਲ ਕਰ ਲੈਂਦੇ 2 ਮਿੰਟ ਬਾਅਦ ਤੋਂ ਬਾਹਰ ਚੱਲ। ਅੱਛਾ, ਦੋਨੇ ਜੀ ਅੰਦਰ ਵੜ ਗਏ ਇਹਨੂੰ। ਅੱਛਾ, ਹਾਂਜੀ। ਅਤੇ ਇਹਦਾ ਕੀ ਨਾਮ ਆ ਮੁੰਡੇ ਦਾ ਜਿਹੜਾ ਮਿਲਿਆ? ਇਹਦਾ ਨਹੀਂ ਮੈਂ ਨਾਂ ਜਾਣਦਾ ਜੀ, ਨਾ ਆਪਾਂ ਕਦੇ ਦੇਖਿਆ ਨੂੰ ਅੱਗੇ ਇੱਥੇ ਆਏ। ਅੱਛਾ, ਮਿਲੇ ਨਹੀਂ ਕਦੇ? ਨਹੀਂ, ਆਪਾਂ ਨਹੀਂ ਮਿਲੇ ਕਦੇ। ਅੱਛਾ, ਇਹ ਤਾਂ ਹੁਣ ਜਿਹੜੇ ਇਹਦੇ ਪਿੰਡੋਂ ਆਏ ਆ ਉਹ ਦੱਸ ਰਹੇ ਵੀ ਇਹ ਤਾਂ ਬਿਹਰੀਨ ਦੇ ਵਿੱਚ ਸੀਗਾ ਅਤੇ ਹੁਣ ਜਿਹਨਾਂ ਦੀ ਰਿਸ਼ਤੇਦਾਰੀ 'ਚ ਇਹਨਾਂ ਦੇ ਮਾਮੇ ਦਾ ਮੁੰਡਾ ਸਕੇ। ਕਿਹਦੇ ਮਾਮੇ ਦਾ ਮੁੰਡਾ? ਇਹ ਜਸਵਿੰਦਰ ਸਿੰਘ ਦੀ, ਜਿਨ੍ਹਾਂ ਨੇ ਮਾਰਿਆ? ਹਾਂਜੀ, ਜਿਨ੍ਹਾਂ ਨੇ ਮਾਰਿਆ। ਅਤੇ ਕਾਰਨ ਪਤਾ ਲੱਗਿਆ ਕਿਉਂ ਮਾਰਿਆ? ਨਹੀਂ ਜੀ, ਸਾਨੂੰ ਤਾਂ ਕਿਸੇ ਕਾਰਨ ਦਾ ਅੱਜ ਤੱਕ ਕੋਈ ਪਤਾ ਨਹੀਂ। ਅਤੇ ਪਤਾ ਨਹੀਂ ਕੀ ਗੱਲਬਾਤ ਹੋਈ ਆ ਕਿ ਨਹੀਂ ਹੋਈ ਇਹਨਾਂ ਦੀ, ਇਹਨਾਂ ਨੇ ਮੁੜ ਕੇ ਇੱਥੇ ਆ ਗਏ ਆ। ਇੱਥੇ ਆਪਾਂ ਦਾ ਪਤਾ ਨਹੀਂ ਕੀ ਗੱਲਬਾਤ ਹੁੰਦੀ ਆ। ਅੱਜ ਉਹਦੇ ਘਰ ਵਾਲੀ ਨੇ ਫੋਨ ਸਾਹਿਬ ਲਾ ਕੇ ਉਹਨੂੰ ਸੱਦਿਆ ਇੱਥੇ। ਇਹਨਾਂ ਦੀ ਦੋਵਾਂ ਦੀ ਮਿਲੀ ਜੁਲੀ ਗੱਲ ਸੀ, ਇਹਦੇ ਜਸਵਿੰਦਰ ਸਿੰਘ ਦੀ ਅਤੇ ਉਹਦੇ ਘਰ ਵਾਲੀ, ਇਹਨਾਂ ਨੇ ਦੋਵਾਂ ਨੇ ਮਾਰਿਆ। ਕਾਰਨ ਤਾਂ ਹੁਣ ਕੁਛ ਕਹਿ ਨਹੀਂ ਸਕਦੇ ਜੀ, ਅਸੀਂ ਤਾਂ ਰਿਸ਼ਤੇਦਾਰ ਹਾਂ, ਹੁਣ ਅਸੀਂ ਤਾਂ ਕਿਤੇ ਕਿਤਾ ਹੀ ਆਉਣੇ। ਪਹਿਲਾਂ ਵੀ ਹੋਈ ਸੀਗੀ ਥਾਣੋ ਥਾਣੀ, ਪਹਿਲਾਂ ਵੀ ਹੋਏ ਸੀਗੇ ਅਤੇ ਪਰਸੋਂ ਵੀ ਗਏ ਆ, ਪਰਸੋਂ ਵੀ ਇੱਥੇ ਘਰੇ ਗਏ ਆ, ਉੱਥੇ ਗੇਟ ਗੂੜ ਪਰਸੋਂ ਵੀ ਭੰਨ ਕੇ ਆਏ ਆ। ਇਹ ਗਏ ਸੀਗੇ ਪਿੰਡੋਂ ਵੀ ਸੀਗੇ 2 ਬੰਦੇ ਹੋਰ, ਪਤਾ ਨਹੀਂ ਕੌਣ ਕੌਣ ਸੀਗੇ, ਆਪਾਂ ਤਾਂ ਪਤਾ ਨਹੀਂ ਗਾ। ਦਰਖਾਸਤ ਦਿੱਤੀ ਵੀ ਆ ਇੱਥੇ 5 ਗ੍ਰਾਈ ਥਾਣੇ 'ਚ। ਲੜਾਈ ਝਗੜਾ ਤਾਂ ਹੁਣ ਮੈਂ ਤਾਂ ਕੁਛ ਕਹਿ ਨਹੀਂ ਸਕਦਾ, ਮੈਨੂੰ ਤਾਂ ਪਤਾ ਨਹੀਂ ਸੀਗਾ, ਮੈਂ ਤਾਂ ਹੁਣ ਉੱਥੇ ਰਹਿੰਦਾ ਗਾ। ਲੜਾਈ ਝਗੜੇ ਤਾਂ ਹੁਣ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਾਹਦਾ ਸੀਗਾ। ਮਾਮਲੇ ਜੀ, ਮੈਂ ਨਾ ਅੱਜ ਇਲਾਕੇ ਦੇ ਵਿੱਚ ਸੀਗਾ, ਸਵੇਰ ਦੇ ਉੱਤੇ ਮੈਂ ਪਿੰਡ ਮਲਕੇ ਬੱਸ ਸਟੈਂਡ ਪਹੁੰਚਿਆ ਅਤੇ ਮੈਨੂੰ ਸੁਖਵਿੰਦਰ ਸਿੰਘ ਵਾਸੀ ਮੱਲਿਆਂ ਅਤੇ ਵਕੀਲ ਸਿੰਘ ਵਾਸੀ ਜਿਉਣ ਵਾਲਾ ਮਲਾਕੇ ਦੇ, ਇਹਨਾਂ ਨੇ ਦੱਸਿਆ ਵੀ ਸਾਡਾ ਇੱਕ ਰਿਸ਼ਤੇਦਾਰ ਹੈ ਧਰਮਾ ਸਿੰਘ ਜਿਉਣ ਸਿੰਘ ਵਾਲੇ ਦਾ, ਉਹਦੀ ਭੂਆ ਵਿਆਹੀ ਸੀ ਇੱਥੇ ਪਿੰਡ ਮਲਕੇ ਅਤੇ ਆਪਦੀ ਭੂਆ ਦੇ ਲੜਕੇ ਕੋਲ
ਉਹ ਮਿਲਣ ਵਾਸਤੇ ਆਇਆ ਸੀ। ਉਹਦਾ ਨਾਂ ਹੈਗਾ ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਪੁੱਤਰ ਮੰਗਾ ਸਿੰਘ, ਅਤੇ ਇੱਕ ਜਸਵਿੰਦਰ ਦੀ ਵਾਈਫ ਹੈ ਕੁਲਦੀਪ ਕੌਰ, ਵਾਈਫ ਉਹ ਜਸਵਿੰਦਰ ਸਿੰਘ। ਇਹਨਾਂ ਦੋਨਾਂ ਨੇ ਰਲ ਕੇ ਉਹਦਾ ਜਿਹੜਾ ਕਤਲ ਕਰ ਦਿੱਤਾ। ਉਹਦੇ ਸੰਬੰਧ ਵਿੱਚ ਮੈਂ ਇੱਥੇ ਮਲ ਕੇ ਪਹੁੰਚਿਆ ਤਫਤੀਸ਼ ਕਰ। ਇਹ ਜਿਹੜਾ ਕਤਲ ਹੋਇਆ ਹੈ, ਇਹ ਨਾ ਕਿਰਾਏ 'ਤੇ ਰਹਿ ਰਿਹਾ ਬੰਦਾ ਬੱਬੀ ਸਿੰਘ ਪੁੱਤਰ ਚਰਨ ਸਿੰਘ, ਇਹ ਜਿਹੜਾ ਹੈਗਾ ਕਾਤਲ ਜਸਵਿੰਦਰ ਸਿੰਘ, ਇਹਦੇ ਚਾਚੇ ਦਾ ਮੁੰਡਾ ਹੀ ਆ। ਉਹਦਾ ਮਕਾਨ ਘਰੇ ਕੋਈ ਨਹੀਂ ਸੀਗਾ, ਘਰੇ ਲੌਕ ਲੱਗਿਆ ਸੀ। ਇਹਨਾਂ ਨੇ ਚਾਬੀਆਂ ਲੈ ਕੇ ਬਾਹਰ ਖੋਲਿਆ ਬੱਚਿਆਂ ਤੋਂ, ਅਤੇ ਉਹਨੂੰ ਅੰਦਰ ਲਿਜਾ ਕੇ ਮਾਰਿਆ। ਸਾਡੀ ਤਫਤੀਸ਼ ਚੱਲ ਰਹੀ ਹੈ, ਉਹਦੇ ਵਿੱਚ ਘੋਟਾ ਵਗੈਰਾ ਅਤੇ ਰਾਡ ਵਗੈਰਾ ਯੂਜ਼ ਹੋਈ ਹੈ, ਇੱਕ ਰੱਸਾ ਯੂਜ਼ ਹੋਇਆ, ਬਾਕੀ ਇਨਵੈਸਟੀਗੇਸ਼ਨ ਦਾ ਹਿੱਸਾ ਮੈਂ ਦੇਖ ਰਿਹਾ ਵੀ ਅੱਗੇ ਕੀ ਹੈ। ਦੋਨੇ ਪਤੀ ਪਤਨੀ ਹੁਣ ਤੱਕ ਵੀ ਤੁਸੀਂ ਸਮਝ ਇਹ ਮਾਮੇ ਭੂਆ